औज़ु बिल्लाहि मिनश्शैतानिर रजीम बिस्मिल्लाहिर रहमानिर रहीम। अस्सलामु अलैकुम दोस्तों, आप देख रहे हैं उकाड़ा एनिमल टीवी और मैं आपका मेज़बान राय साकिब अली। जिस तरह के भरावान लई मेहनत कोशिश करी दी बार च फिर के अच्छे जानवर लभी दे ने। साडी लोकेशन हैगी तहसीलवा जिला साहिवाल नूरशाह का इलाका है। हाजी साहब ने संपाल उन्होंने डेरे से पहुंचे हैं, शेड़ वाली मझा ने और इंशाल्लाह ताला दुध का भी रिकॉर्ड कायम करने वाली ने। मझ जिक्र कच्ची है, कोई 8-10 दिन लेंदी है। ਸਾਡਾ ਰਾਬਤਾ ਨੰਬਰ 0345 76 252 ਇਹ ਵਟਸਐਪ ਨੰਬਰ 'ਚ, ਇਹ ਲੋਕਲ ਨੰਬਰ 'ਚ। ਅਤੇ ਕਈ ਮੇਰੇ ਭਰਾ ਜਿਹੜੇ ਸਾਡੇ ਨਾਲ ਅਟੈਚ ਨੇ ਕਹਿੰਦੇ ਨੇ ਯਾਰ ਸੰਪਾਲਾਂ ਦੀਆਂ ਕੋਈ ਨਸਲੀ ਮੱਝ ਹੋਵੇ ਨਾ, ਇਨਸ਼ਾਅੱਲਾ ਤਾਲਾ ਭਾਈ ਹਾਜੀ ਸਾਹਿਬ ਕਹਿੰਦੇ ਨੇ ਅਸੀਂ ਸੇਲ ਕਰਨੀ ਜ਼ਰੂਰਤ ਹੈ ਉਹਨਾਂ ਨੂੰ। ਅਗਰ ਕਿਸੇ ਮੇਰੇ ਦੋਸਤ ਵੀਰ ਦੇ ਪਸੰਦ ਆਵੇ ਸਾਡੇ ਨਾਲ ਅਟੈਚ ਹੋ ਕੇ ਦੀ ਖਰੀਦਦਾਰੀ ਕਰ ਸਕਦੇ ਜੇ। ਬਕਾਇਆ ਬੜੀ ਮਾਸ਼ਾਅੱਲਾ ਖੂਬਸੂਰਤ ਸਫੈਦ ਅੱਖਾਂ ਨੇ, ਚੰਗੀ ਲਾਮ ਸ਼ਾਮ ਮੱਝ ਦੀ, ਅਤੇ ਬਕਾਇਆ ਦੁੱਧ ਦਾ ਵੀ ਨਾ ਰਿਕਾਰਡ ਕਾਇਮ ਕਰਨ ਵਾਲੀ ਮੱਝ ਹੈ। ਬਾਕੀ ਮਾਲਕਾਂ ਨਾਲ ਹੀ ਗੱਲਾਂ ਹੋਣਗੀਆਂ, ਜਿਹੜੀ ਇਹਦੀ ਗੱਲਬਾਤ ਹੈ ਕੀ ਇਹਦਾ ਹਿਸਾਬ ਕਿਤਾਬ ਹੈ। ਬਕਾਇਆ ਸੋਹਣੀਆਂ ਮਾਸ਼ਾਅੱਲਾ ਥਣਾਂ ਦੀਆਂ ਵੱਢਾਂ, ਤੁਰਨ ਫਿਰਨ ਵੀ ਮੇਰੇ ਭਰਾਵਾਂ ਨੇ ਚੈੱਕ ਕਰ ਲੈਣਾ। ਮਾਸ਼ਾਅੱਲਾ ਚੰਗਾ ਜਿਹੜਾ ਲਿਬਾਸ ਇਹਨਾਂ ਤਿਆਰ ਕਰ ਰਹੀ ਹੈ। ਇਹ ਜੀ ਹਾਜੀ ਸਾਹਿਬ ਹੋਰਾਂ ਕੋਲ ਮੱਝ ਹੈ। ਹਾਂਜੀ ਬਿਲਕੁਲ ਜੀ, ਹਰ ਚੀਜ਼ ਵਿੱਚ ਕੈਮਰੇ ਦੇ ਵਾਅਦਾ ਇਨਸ਼ਾਅੱਲਾ ਤਾਲਾ। ਅਗਰ ਕਿਸੇ ਮੇਰੇ ਦੋਸਤ ਵੀਰ ਦੇ ਪਸੰਦ ਆਵੇ ਸਾਡੇ ਨਾਲ ਅਟੈਚ ਹੋ ਕੇ ਦੀ ਖਰੀਦਦਾਰੀ ਕਰ ਸਕਦੇ ਜੇ। ਬਕਾਇਆ ਚੰਗੀ ਲਾਮ ਸ਼ਾਮ ਹੈ, ਬਿਲਕੁਲ ਅੱਗੋਂ ਬਰੀਕ ਹੈ, ਬੂਥੀ ਬਰੀਕ ਸਫੈਦ ਅੱਖਾਂ, ਸੋਹਣੇ ਛੋਟੇ ਛੋਟੇ ਸਿੰਘ ਨੇ, ਬਰੀਕ ਗਰਦਨ, ਬਿਲਕੁਲ ਕੋੜੀ ਛੋਟੀ ਹੈ, ਧੁੰਨੀ ਜਨਾਬ ਬਿਲਕੁਲ ਹੀ ਨਹੀਂ। ਇਨਸ਼ਾਅੱਲਾ ਤਾਲਾ ਮਾੜਾ ਜਿਹਾ ਟੋਰੋ, ਉਹਨਾਂ ਨੂੰ ਟੋਰ ਕੇ ਥੋੜ੍ਹਾ ਜਿਹਾ ਵਹਾਇਆ ਜੇ। ਕਹਿ ਟੁਰਨ ਫਿਰ ਵੀ ਮੇਰੇ ਭਰਾ ਚੈੱਕ ਕਰ ਲੈਣ, ਬਿਲਕੁਲ ਅਜੇ ਤੀਕਰ ਥੱਲੋਂ ਢਿੱਲੀ ਇਨਸ਼ਾਅੱਲਾ ਤਾਲਾ ਨਾ, ਹਾਜੀ ਸਾਹਿਬ ਕਹਿੰਦੇ ਨੇ ਚੰਗੀ ਥੱਲੋਂ ਬਣਦੀ। ਬਕਾਇਆ ਅਗਰ ਕੋਈ ਮੇਰਾ ਭਰਾ ਗੱਬਣ ਵੀ ਲਏਗਾ ਤਾਂ ਮਾਲਕਾਂ ਦੀ ਹਰ ਚੀਜ਼ ਦੀ ਇਹਦੀ ਗਰੰਟੀ ਹੈ। ਹਾਂਜੀ ਬਕਾਇਆ ਜੀ ਛੇੜਦੀਆਂ ਮੱਝਾਂ ਨੇ, ਬਿਲਕੁਲ ਪੈਰ ਛੋਟੇ ਛੋਟੇ ਇਹਨਾਂ ਨੇ ਜਨਾਬ, ਚਰਾਈ 'ਤੇ ਰਹਿੰਦੀਆਂ ਨੇ। ਬਕਾਇਆ ਦੁੱਧ ਦਾ ਵੀ ਇਨਸ਼ਾਅੱਲਾ ਤਾਲਾ ਨਾਲ ਰਿਕਾਰਡ ਕਰਨ ਵਾਲੀ ਹੈ। ਇਹ ਬਕਾਇਆ ਇਹਨਾਂ ਦੇ ਜਾਨਵਰ ਸਾਰੇ। ਹਾਂਜੀ ਹੁਣ ਮਾਲਕ ਨਾਲ ਗੱਲਾਂ ਬਾਤਾਂ ਕਰਨੇ, ਕੀ ਇਹਦੀ ਡਿਮਾਂਡ ਸ਼ਮਾਂਡ ਕਰਦੇ ਨੇ, ਕੀ ਹਿਸਾਬ ਕਿਤਾਬ ਹੈ। ਜਿਹੜਾ ਚੰਗਾ ਜਾਨਵਰ ਹੈ ਭਾਈ ਜਾਨ, ਇਨਸ਼ਾਅੱਲਾ ਤਾਲਾ ਮੂੰਹ ਕੱਢਣ ਦੀ ਦੇਰ ਹੈ, ਸੇਲ ਹੋ ਜਾਂਦਾ। ਮਾਈ ਦੀਆਂ ਕਰ ਲਓ ਤਸੱਲੀਆਂ ਜੀ, ਤੀਸਰਾ ਵਾਰਾ ਡਿਲੀਵਰ ਕਰਨਾ, ਖੂਬਸੂਰਤੀ ਹਰ ਚੀਜ਼ ਵਿੱਚ ਵਾਜ ਆ ਕੈਮਰੇ ਦੇ। ਇਹਨਾਂ ਦੇ ਜਾਨਵਰ ਨੇ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ। ਹਾਂਜੀ ਬਜ਼ੁਰਗੋ ਕੀ ਨਾਂ ਹੈ ਤੁਹਾਡਾ? ਲਿਆਕਤ ਅਲੀ ਸੰਪਾਲ। ਲਿਆਕਤ ਅਲੀ ਸੰਪਾਲ ਜੀ। ਆ ਅੱਛਾ, ਜਿਹੜੀ ਮੱਝ ਵਹਾਈ ਜੇ ਕਿਨਵਾ ਵਾਰਾ ਸੋਣੀ ਹੈ? ਤੀਸਰਾ। ਗਰੰਟੀ ਨਾਲ ਜੀ? ਆ ਮੈਂ ਇਹ ਨਾ ਹੋਵੇ ਚੌਥਾ ਹੋਵੇ ਨਾ ਜੀ, ਨਾ ਠੀਕ ਛਾ। ਕਿੰਨੇ ਕੁ ਦਿਨ ਲੈ ਜਾਏਗੀ ਸੂਣ ਚ? ਲੈ ਜਾ ਸਕੋ ਯਾ ਸਾਡ ਦੇ ਕਿਦਾ ਲੈ ਜਾ, 8-10 ਦਿਨ ਲੈ ਜਾਏਗੀ ਜੀ। ਆ ਅੱਛਾ, ਤੇ ਬਾਕੀ ਇਹ ਗੱਬਣੇ ਜੇ ਕੋਈ ਭਰਾ ਆਪਣੇ ਕੋਲ ਮੰਗਦਾ ਆਪਾਂ ਗੱਬਣ ਦਿੰਨੇ ਆ? ਇਹਦੇ ਇੱਕ ਥਣਾ ਦੀ ਕੋਈ ਗਰੰਟੀ, ਕੋਈ ਛੱਟਾ ਫੁਹਾਰਾ, ਗਿਲਟੀ ਮਰੋੜ, ਕੋਈ ਘੱਟ ਵੱਧ? ਸਾਲ ਨੂੰ ਹੀ ਆਪਣੇ। ਅੱਛਾ ਜੀ, 6 ਮਹੀਨੇ ਨੂੰ ਹੀ ਆਪਣੇ? ਅੱਛਾ, ਫੁਹਾਰਾ ਮਾਰੇ, ਛੱਟਾ ਮਾਰੇ, ਸਾੜੂ ਮਾਰੇ, ਮੈਂ ਆਪਣੀ ਅਹੀਂ ਉਸੇ ਜਿਵੇਂ। ਅੱਛਾ ਹਾਂ, ਅੱਛਾ
ਤੇ ਕੀ ਇਹਦੀ ਗੱਲਬਾਤ ਕੀ ਇਹਦਾ ਆਪਾਂ ਹਾਂਜੀ ਮੈਂ ਗੱਲਾਂ ਕਰਦੇ ਪੈਸਾ ਕੀ ਇਹਦਾ ਹੁਣ ਮੱਝ ਦਾ ਪਿਛਲੇ ਸੂਬੇ ਦਾ ਰਿਕਾਰਡ ਰਿਕੂਰਡ ਕਿੰਨਾ ਕੁ ਦੁੱਧ ਕਰਦੀ ਸੀ ਚੰਗੀ ਖੁਰਾਕ ਹੋਵੇ ਚੰਗੇ ਪੱਠੇ ਪੁੱਠੇ ਹੋਵੇ ਵੰਡਾ ਖਾਲ ਹੋਵੇ ਬਾਵੀ ਤਰੇਵੀ ਚੰਗੀ ਸੇਡ ਹੋਰ ਮੈਂ ਨਾ ਦੇਵੇ ਤੁਹਾਡਾ ਕਹਿਣ ਦਾ ਮਕਸਦ ਜਿਹੜੀ ਚਰਾਈ ਚਰਾਈ ਤੇ ਵੀ ਮੱਝ ਜਿਹੜਾ ਨਾ ਵੀ 18 ਸਿਰ 20 ਸਿਰ ਦੁੱਧ ਕਰਦੀ ਏ ਬਿਲਕੁਲ ਨਾ ਕਰੇ ਤੇ ਮੈਂ ਵੀ 88 ਤੂੰ ਮੈਂ ਵੀ ਜੇ ਅਗਰ ਮੈਂ ਤੇਰੀ ਇੰਨਾ ਦੁੱਧ ਨਾ ਕਰੇ ਅੱਛਾ ਚਲੋ ਜੀ ਗੱਲਾਂ ਸੋਹਣੀਆਂ ਹੋ ਗਈਆਂ ਬਾਕੀ ਇਨਸ਼ਾਅੱਲਾ ਤਾਲਾ ਸਾਰੀਆਂ ਚੀਜ਼ਾਂ ਵਿੱਚ ਵਾਧਿਆ ਚਾਚੀ ਹੋਰੀ ਕਹਿੰਦੇ ਨੇ ਕਿ ਸਾਡੀਆਂ ਮੱਝਾਂ ਜਿਹੜੀਆਂ ਨਾ ਛੇੜਦੀਆਂ ਨੇ ਤੇ ਚਰਾਈ ਤੇ ਹੀ ਰਹਿੰਦੀਆਂ ਨੇ ਇਹ ਜਿਹਾ ਰੁੱਖਾ ਮਿੱਸਾ ਖਾ ਕੇ ਵੀ ਮੈਂ ਜਿਹੜੀ ਨਾ 20 ਸਿਰ 22 ਸਿਰ ਦੁੱਧ ਕਰਦੀ ਏ ਅਗਰ ਕੋਈ ਮੇਰਾ ਦੋਸਤ ਵੀਰ ਭਰਾ ਇਹਦੀ ਪੂਰੀ ਟਹਿਲ ਸੇਵਾ ਕਰੇ ਤੇ ਚਾਚਾ ਕਹਿੰਦਾ ਵੀ 25 ਲੀਟਰ ਮੇਰੀ ਮੈਂ ਦੁੱਧ ਕਰੇਗੀ ਬਾਕੀ ਹੁਣ ਮਾਲਕ ਕੋਲੋਂ ਇਹਦੀ ਡਿਮਾਂਡ ਪੁੱਛਣੇ ਆ ਕੀ ਕਰਦੇ ਨੇ ਕੀ ਪਿਆਰ ਮੁਹੱਬਤ ਏ ਹਾਂਜੀ ਸੰਪਾਲ ਸਾਹਿਬ ਕੀ ਇਹਦਾ ਲੇਖਾ ਲੁਖਾ ਕਿੰਨਾ ਕੁ ਚਾਚਾ ਗੱਲ ਇਹ ਵੀ 6 ਲੱਖ ਰੁਪਇਆ ਤੇ ਬੜੀ ਢੇਰ ਸਾਰੀ ਰਕਮ ਹੈ ਤੇ ਕੋਈ ਬਣਦੀ ਜੁੜਦੀ ਜੀ ਗੱਲ ਕਰੋ ਜਿੰਨੇ ਦੀ ਮੱਝ ਆਪਾਂ ਵੇਚਣੀ ਹੈ ਹੈ ਪੱਕੀ ਪਿੱਠੀ ਜੀ ਜਿਹੜੀ ਨਾ ਕੀ ਕਰੋਗੇ ਕੋਈ ਪਿਆਰ ਮੁਹੱਬਤ ਕਰਕੇ ਕਿੰਨੇ ਚ ਦਿਓਗੇ ਪਿਆਰ ਮੁਹੱਬਤ ਜਿਹੜੀ ਬਣੀ ਕਾਲ ਨਹੀਂ ਸਾਂ ਅੱਛਾ ਕਾਰ ਲੈ ਸਾਂ ਤੇ ਮੁੱਲ 6 ਲੱਖ ਰੁਪਇਆ ਤੇ ਵਿੱਚੇ ਨਹੀਂ ਆਵਾਜ਼ ਦਿੰਦੇ ਜੀ ਆ ਵੀ ਝੋਟੀ ਤੁਹਾਡੇ ਕੋਲੇ ਅੱਛਾ ਨਹੀਂ ਕੋਈ ਪੱਕੀ ਜੀ ਪਿੱਠੀ ਜੀ ਆਵਾਜ਼ ਕਰ ਦਿਓ ਵੀ ਕਿੰਨੇ ਦੀ ਮੈਂ ਦੇਣੀ ਚਲੋ ਜੀ ਠੀਕ ਹੋ ਗਿਆ ਲਓ ਜੀ ਮਾਲਕਾਂ ਨੇ ਕਿਹਾ ਜੀ 6 ਲੱਖ ਰੁਪਇਆ ਡਿਮਾਂਡ ਏ ਤੇ ਫਾਈਨਲ ਜਿਹੜੀ ਨਾ 5 ਲੱਖ ਦੀ ਦੇਣੀ ਏ ਇਸ ਤੋਂ ਘੱਟ ਮੱਝ ਨਹੀਂ ਦੇਣੀ ਜੇ ਵੇਗੀ ਤੇ ਠੀਕ ਹੈ ਨਹੀਂ ਤੇ ਦੁੱਧ ਪੀਤੀ ਰੱਖੋ ਅੱਛਾ ਜੀ ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬ ਅਲੀ ਨੂੰ ਇਜਾਜ਼ਤ ਦਿਓ ਜੀ ਅੱਲਾ ਹਾਫਿਜ਼ ਡੋਗਰ ਜਿਹੜਾ ਹਾਂ।